ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਰੋਸ਼ਨ ਪ੍ਰਿੰਸ ਇੱਕ ਅਜਿਹੇ ਪੰਜਾਬੀ ਐਕਟਰ ਜੋ ਕਿ ਆਉਂਦੇ ਸਮੇਂ ਸਾਨੂੰ ਵੇਖਣਗੇ ਫਿਲਮ ਨਾਨਕਾ ਮੇਲ ਦੇ ਵਿੱਚ। ਰੋਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਫੋਟੋ ਪੋਸਟ ਕੀਤੀ ਹੈ। ਇਸ ਫੋਟੋ ਦੇ ਵਿੱਚ ਰੋਸ਼ਨ ਪ੍ਰਿੰਸ ਅਤੇ ਰੋਬੀਨਾ ਬਾਜਵਾ ਇਕੱਠੇ ਨਜ਼ਰ ਆ ਰਹੇ ਨੇ। ਇਸ ਫੋਟੋ ਦੇ ਰਾਹੀਂ ਰੋਸ਼ਨ ਪ੍ਰਿੰਸ ਨੇ ਰਿਵੀਲ ਕੀਤੀ ਹੈ ਆਪਣੀ ਨਵੀਂ ਨਵੀਂ ਫਿਲਮ ਨਾਨਕਾ ਮੇਲ ਦੀ ਰਿਲੀਜ਼ ਡੇਟ। ਰੋਸ਼ਨ ਪ੍ਰਿੰਸ ਨੇ ਆਪਣੀ ਆਉਣ ਵਾਲੀ ਫਿਲਮ ਨਾਨਕਾ ਮੇਲ ਦੀ ਰਿਲੀਜ਼ ਡੇਟ ਨੂੰ ਆਪਣੇ ਇੰਸਟਾਗ੍ਰਾਮ ਤੇ ਰੋਬੀਨਾ ਬਾਜਵਾ ਦੇ ਨਾਲ ਆਪਣੀ ਇੱਕ ਫੋਟੋ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਫੋਟੋ ਨੂੰ ਪੋਸਟ ਕਰਦਿਆਂ ਰੋਸ਼ਨ ਪ੍ਰਿੰਸ ਲਿਖਦੇ ਨੇ, ਹੈਰੀ ਤੇ ਹੀਰ ਦੇ ਵਿਆਹ ਦਾ ਨਾਨਕਾ ਮੇਲ 6 ਸਪਤੰਬਰ ਨੂੰ ਵਰਲਡ ਵਾਈਡ। ਦੱਸ ਦਈਏ ਕਿ ਇਸ ਫਿਲਮ 'ਚ ਰੋਸ਼ਨ ਪ੍ਰਿੰਸ ਤੇ ਰੋਬੀਨਾ ਬਾਜਵਾ ਦੇ ਨਾਲ ਨਜ਼ਰ ਆਉਣਗੇ ਸੁਨੀਤਾ ਧੀਰ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਨਿਰਮਲ ਰਿਸ਼ੀ ਤੇ ਹੋਬੀ ਧਾਲੀਵਾਲ। ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸਿਮਰਜੀਤ ਸਿੰਘ ਹੁੰਦਲ। ਸੋ ਕਿੰਨੀ ਕੁੜੀ ਤੋਂ ਸਾਨੂੰ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਇਸ ਜੋੜੀ ਨੂੰ ਵੇਖਣ ਦੀ ਇਨ ਦ ਫਿਲਮ ਨਾਨਕਾ ਮੇਲ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ YouTube ਚੈਨਲ ਸਵੇਰਾ ਸਟਾਰ ਟਾਕਸ।